ਵਿਸਾਖੀ ਮੌਕੇ ਵੱਡਾ ਹਾਦਸਾ ਹੋ ਗਿਆ ਹੈ। ਨਿਸ਼ਾਨ ਸਾਹਿਬ ਚੜ੍ਹਾ ਰਹੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਇੱਕ ਧਾਰਮਿਕ ਥਾਂ ਤੇ ਨਿਸ਼ਾਨ ਸਾਹਿਬ ਚੜ੍ਹਾਏ ਜਾ ਰਹੇ ਸੀ ਤਾਂ ਉਸ ਵੇਲੇ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆ ਜਾਂਦਾ ਹੈ, ਜਿਸ ਕਰਕੇ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਕੁਝ ਪਿੰਡ ਦੇ ਲੋਕ ਕਰੰਟ ਲੱਗਣ ਦੇ ਕਾਰਨ ਝੁਲਸ ਗਏ ਨੇ। ਤਾਂ ਵੱਡੀ ਖਬਰ ਹੈ, ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਵਿਸਾਖੀ ਮੌਕੇ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਹਰੇਕ ਸਿੱਖ ਆਪਣੇ ਘਰਾਂ ਤੇ ਨਿਸ਼ਾਨ ਸਾਹਿਬ ਲਾਉਣ, ਤੇ ਉਸੇ ਤਰੀਕੇ ਦੇ ਨਾਲ ਅੱਜ ਪਵਿੱਤਰ ਦਿਹਾੜੇ ਤੇ ਸੰਧੂ ਜਿਹੜੇ ਸੰਧੂ ਪਰਿਵਾਰ ਦੇ ਲੋਕ ਨੇ, ਸੰਧੂ ਸਮਾਜ ਦੇ ਜਿਹੜੇ ਲੋਕ ਨੇ, ਆਪਣੀ ਧਾਰਮਿਕ ਥਾਂ ਤੇ ਛੋਟੇ ਨਿਸ਼ਾਨ ਸਾਹਿਬ ਦੀ ਥਾਂ ਤੇ ਵੱਡੇ ਨਿਸ਼ਾਨ ਸਾਹਿਬ ਨੂੰ ਚੜ੍ਹਾ ਰਹੇ ਸੀ, ਸਥਾਪਿਤ ਕਰ ਰਹੇ ਸੀ, ਤਾਂ ਉਸ ਵੇਲੇ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆ ਜਾਂਦਾ ਹੈ। ਦਰਅਸਲ ਪੋਲ ਜਿਹੜਾ ਨਿਸ਼ਾਨ ਸਾਹਿਬ ਦਾ ਉਹ ਲੋਹੇ ਦਾ ਬਣਿਆ ਹੋਇਆ ਸੀ, ਨੰਗੀਆਂ ਤਾਰਾਂ ਦੇ ਨਾਲ ਖਹਿ ਗਿਆ, ਜਿਸ ਕਰਕੇ ਦੋ ਜਣਿਆਂ ਦੀ ਮੌਤ ਹੋ ਗਈ ਆ। ਤਾਂ ਵਿਸਾਖੀ ਮੌਕੇ ਦਰਦਨਾਕ ਹਾਦਸਾ ਹੋਇਆ ਹੈ। ਦੱਸ ਦਈਏ ਕਿ ਜਲੰਧਰ ਦੇ ਸ਼ੰਕਰ ਪਿੰਡ ਦੇ ਵਿੱਚ ਇਹ ਹਾਦਸਾ ਵਾਪਰਿਆ, ਨਿਸ਼ਾਨ ਸਾਹਿਬ ਚੜ੍ਹਾਉਣ ਵੇਲੇ ਕਰੰਟ ਲੱਗਿਆ ਹੈ। ਇੱਕ ਦੀ ਪਛਾਣ ਬੂਟਾ ਸਿੰਘ ਅਤੇ ਦੂਜੇ ਮ੍ਰਿਤਕ ਦੀ ਪਹਿਚਾਣ ਮਹਿੰਦਰ ਸਿੰਘ ਹੋਈ ਹੈ। ਇਹਨਾਂ ਦੇ ਨਾਲ ਹੋਰ ਵੀ ਪਿੰਡ ਦੇ ਲੋਕ ਮੌਜੂਦ ਸਨ, ਪਿੰਡ ਬਹੁਜਾ ਕਲਾ ਦੇ ਰਹਿਣ ਵਾਲੇ ਸਨ ਦੋਨੇ, ਤੇ ਸੰਧੂ ਪਰਿਵਾਰ ਦੇ ਜਿਹੜੇ ਸੰਧੂ ਸਮਾਜ ਦੀ ਧਾਰਮਿਕ ਥਾਂ ਤੇ ਨਿਸ਼ਾਨ ਸਾਹਿਬ ਚੜ੍ਹਾਏ ਜਾਣੇ ਸੀ, ਦੋਵੇਂ ਸੇਵਾ ਕਰ ਰਹੇ ਸੀ ਤਾਂ ਕਰੰਟ ਲੱਗ ਜਾਂਦਾ ਹੈ। ਨਿਸ਼ਾਨ ਸਾਹਿਬ ਦਾ ਜਿਹੜਾ ਪੋਲ ਹੈ ਉਹ ਨੰਗੀਆਂ ਤਾਰਾਂ ਦੇ ਨਾਲ ਖਹਿ ਗਿਆ ਤੇ ਜਿਸ ਕਰਕੇ ਹਾਦਸਾ ਹੋ ਗਿਆ। ਤਾਂ ਵੱਡੀ ਖਬਰ ਹੈ, ਜਲੰਧਰ ਤੋਂ ਸਾਹਮਣੇ ਆ ਰਹੀ ਹੈ, ਸ਼ੰਕਰ ਪਿੰਡ ਦੇ ਵਿੱਚ ਵੱਡਾ ਹਾਦਸਾ ਹੋਇਆ ਹੈ ਕਰੰਟ ਲੱਗਣ ਦੇ ਕਾਰਨ। ਨਿਸ਼ਾਨ ਸਾਹਿਬ ਦੇ ਵਿੱਚ ਜਦ ਕਰੰਟ ਆ ਗਿਆ, ਜਿਸ ਤੋਂ ਬਾਅਦ ਵੱਡਾ ਹਾਦਸਾ ਹੋਇਆ ਹੈ, ਦੋ ਲੋਕਾਂ ਦੀ ਮੌਤ ਹੋ ਗਈ ਹੈ, ਨੰਗੀਆਂ ਤਾਰਾਂ ਨਾਲ ਖਹਿ ਗਏ ਸੀ ਨਿਸ਼ਾਨ ਸਾਹਿਬ, ਜਿਸ ਕਰਕੇ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆਇਆ। ਤਾਂ ਬੇਹੱਦ ਮੰਦਭਾਗਾ ਹਾਦਸਾ ਹੋਇਆ ਹੈ। ਕੁਛ ਸਮੇਂ ਪਹਿਲਾਂ ਕੀਰਤਪੁਰ ਸਾਹਿਬ ਤੋਂ ਖਬਰ ਸਾਹਮਣੇ ਆਈ, ਜਿੱਥੇ ਇੱਕ ਟਰੈਕਟਰ ਟਰਾਲੀ ਪਲਟ ਗਈ, ਜਿਸ ਕਰਕੇ ਉੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਅਤੇ ਇਸ ਥਾਂ 'ਤੇ ਹੁਣ ਜਲੰਧਰ ਤੋਂ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆ ਗਿਆ, ਜਿਸ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਹੋ ਚੁੱਕੀ, ਇੱਕ ਦਾ ਨਾਮ ਬੂਟਾ ਸਿੰਘ, ਦੂਜੇ ਦਾ ਨਾਮ ਮਹਿੰਦਰ ਸਿੰਘ, ਪਿੰਡ ਬਜੂਹਾਂ ਕਲਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਸਨ ਦੋਵੇਂ ਮ੍ਰਿਤਕ। ਤਾਂ ਦੱਸ ਦਈਏ ਕਿ ਲੋਕ ਛੋਟੇ ਦੀ ਥਾਂ 'ਤੇ ਵੱਡਾ ਨਿਸ਼ਾਨ ਸਾਹਿਬ ਸਥਾਪਿਤ ਕਰ ਰਹੇ ਸੀ, ਪਹਿਲਾਂ ਤੋਂ ਹੀ ਇਸ ਧਾਰਮਿਕ ਥਾਂ 'ਤੇ ਨਿਸ਼ਾਨ ਸਾਹਿਬ ਸਥਾਪਿਤ ਸਨ। ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਕੀਤੇ ਗਏ ਸੀ ਕਿ ਹਰੇਕ ਸਿੱਖ ਆਪਣੇ ਘਰਾਂ 'ਤੇ, ਆਪਣੇ ਧਾਰਮਿਕ ਸਥਾਨਾਂ 'ਤੇ ਅੱਜ ਦੇ ਦਿਨ, ਕਿਉਂਕਿ ਅੱਜ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਅਤੇ ਉਸੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਹੋਏ ਸੀ ਕਿ ਹਰ ਸਿੱਖ ਧਾਰਮਿਕ ਥਾਵਾਂ 'ਤੇ ਆਪਣੇ ਘਰਾਂ ਦੇ ਉੱਤੇ ਕੇਸਰੀ ਝੰਡੇ ਸਥਾਪਿਤ ਕਰਨ, ਅਤੇ ਇਸੇ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਸੰਧੂ ਕਾਸਟ ਸੰਧੂ ਪਰਿਵਾਰਾਂ ਦੇ ਵੱਲੋਂ ਇਹ ਨਿਸ਼ਾਨ ਸਾਹਿਬ ਚੜ੍ਹਾਏ ਜਾ ਰਹੇ ਸਨ ਇੱਥੇ, ਤਾਂ ਉਸ ਵੇਲੇ ਹਾਦਸਾ ਹੋ ਗਿਆ, ਨਿਸ਼ਾਨ ਸਾਹਿਬ 'ਚ ਕਰੰਟ ਆ ਗਿਆ ਅਤੇ ਦੋ ਜਣਿਆਂ ਦੀ ਮੌਤ ਹੋ ਗਈ ਹੈ।